ਵੀਰੇ ਜਿਹੜੇ ਆਪਣੇ ਕੋਲੇ ਫਸਟ ਕਾਪੀ ਬਾਤ ਹੈ ਉਹ ਕਿੱਦਾਂ ਅਟੈਚ ਹੁੰਦੀ ਹੈ ਨਾ, ਕਈਆਂ ਨੂੰ ਅਸੀਂ ਕੋਰੀਅਰ ਕਰ ਰਹੇ ਹਾਂ ਹੁਣ ਡੇਲੀ 10-15 ਆਰਡਰ ਲੈ ਰਹੇ ਹਾਂ ਕੋਰੀਅਰ ਦੇ, ਉਹ ਕਿਵੇਂ ਅਟੈਚ ਕਰਨੀ ਹੈ, ਕੀ ਕੁਝ ਕਰਨਾ। ਜਿਹੜੀ 2500 ਰੁਪਏ ਵਾਲੀ ਵਾਚ ਆ ਪਲੱਸ ਚਾਰਜਰ ਲਾ ਕੇ ਫੁੱਲ ਸਕਰੀਨ ਦੇ ਵਿੱਚ ਆਈ ਹੈ, ਦੇਖੋ ਇਦਾਂ ਦੀ ਆ ਉਹ ਸਾਡੇ ਕੋਲ, ਅਸੀਂ ਖੁਦ ਯੂਜ਼ ਕਰ ਰਹੇ ਹਾਂ ਤਾਂ ਬੈਟਰੀ ਬੈਕਅਪ ਵੀ ਹਫ਼ਤੇ ਦਾ ਨਾ। ਉਹ ਕਿੱਦਾਂ ਯੂਜ਼ ਕਰਨੀ ਹੈ, ਕਿਹੜੀ ਐਪ ਹੈ, ਉਹਦੇ ਵਿੱਚ ਕੀ ਫੀਚਰ, ਤੁਹਾਨੂੰ ਦੱਸਣ ਜਾ ਰਿਹਾ ਧਿਆਨ ਨਾਲ। ਸਭ ਤੋਂ ਪਹਿਲਾਂ ਦੇਖੋ ਆਪਾਂ ਐਪਲੀਕੇਸ਼ਨ ਦੇ ਵਿੱਚ ਕਿਹੜੀ ਐਪ ਡਾਊਨਲੋਡ ਕਰਨੀ ਹੈ। ਪਹਿਲਾਂ ਵਾਚ ਵੀਰੇ ਥੱਲੇ ਵਾਲੇ ਬਟਨ ਤੋਂ ਨਹੀਂ, ਉੱਪਰਲੇ ਤੋਂ ਔਨ ਹੋਊਗੀ। ਪਹਿਲਾਂ ਔਨ ਕਰਕੇ ਦਿਖਾ ਦਿਓ ਜੀ, ਔਨ ਹੋ ਗਈ ਜੀ। ਇੱਕ ਵਾਰੀ ਡਾਇਲ ਦਿਖਾ ਦਿਓ ਪੂਰਾ, ਦੇਖੋ ਵੀਰੇ ਇਹਦੀ ਫੁੱਲ ਸਕਰੀਨ 'ਚ ਹੈ, ਇਹ ਸੀਰੀ 7 45 mm ਦੀ ਕਾਪੀ ਹੈ ਜੀ। ਇਹ 7 7 ਦਿਨਾਂ ਦਾ ਬੈਟਰੀ ਬੈਕਅਪ ਹੈ, ਸਹੀ 7 ਦਿਨ ਦਾ ਬੈਟਰੀ ਬੈਕਅਪ ਚੱਲਦਾ, ਬਹੁਤ ਸੋਹਣੀ ਰਿਪੋਰਟ ਹੈ ਜੀ, ਓਕੇ ਰਿਪੋਰਟ ਆ ਰਹੀ ਹੈ, ਸਭ ਤੋਂ ਜ਼ਿਆਦਾ ਸੇਲ ਹੋ ਰਹੀ ਹੈ। ਜਿਹੜੀ ਪਹਿਲਾਂ ਗੜੀ ਸੇਲ ਕਰਦੇ ਤਾਂ 1 ਦਿਨ ਦਾ ਬੈਕਅਪ ਜੀ, ਇਹ ਸਹੀ 7 ਦਿਨ ਦਾ ਪੂਰਾ ਬੈਕਅਪ ਹੈ ਜੀ ਇਹਦਾ। ਜਿਵੇਂ ਐਂਡਰੋਇਡ ਫੋਨ ਐਂਡਰੋਇਡ ਪਲੇ ਸਟੋਰ ਤੇ ਜਾਓ, ਖੋਲਿਆ ਉਹਦੇ ਵਿੱਚ ਜਾ ਕੇ ਸਰਚ ਕਰੋ ਵੀਅਰ ਪ੍ਰੋ, ਇਦਾਂ ਦੀ ਐਪ ਆ, ਡਬਲਯੂ ਐਪਲ ਚ ਵੀ ਆਈ ਜਾਂਦੀ ਹੈ, ਏ ਆਰ ਪ੍ਰੋ ਐਪਲ ਚ ਵੀ ਇਦਾਂ ਦੀ ਐਪ ਆਉਂਦੀ ਹੈ ਵੀਅਰ ਪ੍ਰੋ। ਇਹਨੂੰ ਓਪਨ ਕਰ ਲਓ, ਦੇਖੋ ਜੀ ਓਪਨ ਹੋ ਗਈ। ਇਸ ਤੋਂ ਬਾਅਦ ਡਿਵਾਈਸ ਤੇ ਕਲਿੱਕ ਕਰੋ, ਇਹਦੇ ਵਿੱਚ ਜਦੋਂ ਕਨੈਕਟ ਕਰਨੀ ਹੈ ਉੱਤੋਂ ਦੀ ਇਹਨੂੰ ਸਲਾਈਡ ਕਰਕੇ ਆਈ ਤੇ ਕਲਿੱਕ ਕਰ ਦਿਓ, ਇਹ ਕੋਡ ਆ ਜਾਏਗਾ, ਇੱਥੇ ਆ ਜਾਓ ਸਕੈਨ ਕੋਡ ਬਾਈਂਡਿੰਗ, ਇਹ ਤੇ ਕਲਿੱਕ ਕਰੋ, ਇੱਥੇ ਕੋਡ ਆ ਜਿਹੜਾ ਉਹ ਸਕੈਨ ਕਰ ਦਿਓ। ਦੇਖੋ ਜੀ ਬਹੁਤ ਆਸਾਨ ਈਜ਼ੀ ਟ੍ਰਿਕ ਆ ਇਹਨੂੰ ਅਟੈਚ ਕਰਨ ਦਾ, ਬਾਕੀ ਇਹ ਬਿਲਕੁਲ ਤੁਸੀਂ 20-25-30 ਹਜ਼ਾਰ ਰੁਪਏ ਲਾਉਣ ਦੀ ਲੋੜ ਨਹੀਂ, ਸਿਰਫ 2500 ਰੁਪਏ ਵਿੱਚ ਤੁਸੀਂ ਓਰੀਜਨਲ ਵਾਚ ਦਾ ਦੇ ਵਿੱਚ ਪੂਰੀ ਫੀਲਿੰਗ ਲੈ ਸਕਦੇ ਹੋ ਓਰੀਜਨਲ ਵਾਲੀ। ਬਾਕੀ ਕੋਈ ਦੱਸ ਨਹੀਂ ਸਕਦਾ ਵੀ ਇਹ ਕਾਪੀ ਹੈ, ਦੇਖੋ ਬਿਲਕੁਲ ਸੈਂਸਰ ਨੇ ਜਿਹੜੇ ਓਰੀਜਨਲ ਵਾਂਗ ਵਰਕਿੰਗ ਕਰਦੇ ਨੇ ਇਹਦੇ, ਓਕੇ ਨੇ। ਦੇਖੋ ਜਿਹੜੇ ਇਹਦੇ ਪੱਟੇ ਨੇ ਉਹ ਵੀ ਸਮੂਥ ਨੇ, ਸੇਮ ਓਮੀ ਆ, ਦੇਖੋ ਆਲਵੇਜ਼ ਔਨ, ਆਲਵੇਜ਼ ਔਨ ਹੈ, ਦੇਖੋ ਟਾਈਮ ਪ੍ਰੋਪਰ ਓਕੇ ਚੱਲਦਾ। ਬੈਟਰੀ ਸਭ ਤੋਂ ਵੱਡੀ ਹੈ ਜਿਹੜੀ, ਬੈਟਰੀ ਬੈਕਅਪ 'ਚ ਪਹਿਲਾਂ ਪਰੇਸ਼ਾਨੀ ਆ ਰਹੀ ਸੀ ਆਪਾਂ ਸੇਲ ਕਰ, 1 ਦਿਨ ਸੀ ਉਹਦਾ, ਹੁਣ ਜਦੋਂ ਕਨੈਕਟ ਵੀ ਕਰ ਚੁੱਕਿਆ 1700 ਦੀ, ਇਹ 2500 ਦੀ ਹੈ। ਵੀਰੇ ਕਈਆਂ ਨੂੰ ਅਸੀਂ, ਹਾਂ ਵੀਰੇ ਨੇ ਦੱਸਿਆ ਕਈਆਂ ਨੂੰ ਅਸੀਂ ਨਾ ਕੋਰੀਅਰ ਆਰਡਰ ਲਵਾਏ ਨੇ ਅੱਜ, ਤੇ ਉਹ ਜਿਹੜੇ ਪਿੰਡ ਵਾਲੇ ਨੇ ਕਈਆਂ ਨੇ ਪਿੰਡਾਂ ਦਾ ਐਡਰੈਸ ਦਿੱਤਾ, ਉਹ ਵੀਰੇ ਉਹ ਘਰੇ ਨਹੀਂ ਪਹੁੰਚਦਾ ਪਿੰਡ 'ਚ, ਜਿਵੇਂ ਤੁਹਾਡੀ ਤੁਹਾਨੂੰ ਕਿਤੇ ਸਾਨੂੰ ਜ਼ਿਲ੍ਹਾ ਸੰਗਰੂਰ ਪੈਂਦਾ, ਸ਼ਹਿਰ 'ਚ ਤੁਹਾਨੂੰ ਆਰਡਰ ਆਊਗਾ ਉਹ, ਤੁਸੀਂ ਫੋਨ ਨੰਬਰ ਜ਼ਰੂਰ ਚੱਕ ਲਿਓ ਜਿਨ੍ਹਾਂ ਨੂੰ ਅਸੀਂ ਆਰਡਰ ਭੇਜੇ ਨੇ, ਬਾਕੀ ਡੇਲੀ 10-15 ਆਰਡਰ ਲੈ ਜਾਣਗੇ, ਜ਼ਿਆਦਾ ਨਹੀਂ ਲੈਂਦੇ, ਹੁਣ ਜਦੋਂ ਤੁਹਾਨੂੰ ਨਾਲ ਦੀ ਨਾਲ ਟਰੈਕਿੰਗ ਨੰਬਰ ਭੇਜੇ ਜਾਣਗੇ। ਹੁਣ ਆ ਕਨੈਕਟ ਹੋ ਗਈ ਵੀਰੇ, ਇਸ ਤੋਂ ਬਾਅਦ ਸੈਂਸਰ ਜਿਹੜਾ ਐਂ ਵਾਲਾ ਸੈਂਸਰ ਆ, ਦੇਖੋ ਤੁਸੀਂ ਚੈੱਕ ਕਰੋ, ਜਿਹੜਾ ਇੱਥੋਂ ਦੀ ਆਪਾਂ ਡਿਸਪਲੇ ਐਂ ਕਰਕੇ ਐਂ ਕਰਦੇ ਹਾਂ, ਉਹ ਵਾਲਾ ਸੈਂਸਰ ਲਈ ਟਿਲ ਟੂ ਵੇਕ 'ਤੇ ਕਲਿੱਕ ਕਰ ਦਿਉ, ਇਨਕਮਿੰਗ ਕਾਲ ਉਹ ਅਲੋ ਕਰ ਦਿਉ ਵੀਰੇ, ਵੀਰਾ ਵੀਰਾ ਸਾਰਾ ਕੁਝ ਦੱਸੋ, ਧਿਆਨ ਨਾਲ ਸੁਣਿਓ, SMS ਕਲਿੱਕ ਕਰ ਦਿਉ। ਇਸ ਤੋਂ ਬਾਅਦ ਐਪ ਨੋਟੀਫਿਕੇਸ਼ਨ ਜਿਹੜੀਆਂ ਤੁਹਾਡੀਆਂ ਹੈਗੀਆਂ ਨੇ ਫੋਨ ਦੇ ਵਿੱਚ ਉਹਨੂੰ ਚੈੱਕ ਕਰਾਉਣਾ, ਇੱਧਰੋਂ ਨੋਟੀਫਿਕੇਸ਼ਨ ਆ ਸਾਰੀਆਂ ਔਨ ਕਰਕੇ, ਇਸ ਤੋਂ ਬਾਅਦ ਸਿਲੈਕਟ ਆਲ 'ਤੇ ਕਲਿੱਕ ਕਰ ਦਿਉ, ਜਿੰਨੀਆਂ ਵੀ ਨੇ ਵਟਸਐਪ ਫੇਸਬੁੱਕ ਇੰਸਟਾ ਦੀਆਂ ਨੋਟੀਫਿਕੇਸ਼ਨਾਂ ਨੇ ਸਾਰੀਆਂ ਇੱਥੋਂ ਔਨ ਹੋ ਗਈਆਂ। ਇਸ ਤੋਂ ਬਾਅਦ ਇਹਨੂੰ ਬੈਕ ਕਰ ਲਓ, ਇੱਕ ਵਾਰੀ ਬੈਕ ਕਰਕੇ ਤੁਹਾਡੀ ਸਾਰੀ ਨੋਟੀਫਿਕੇਸ਼ਨ ਔਨ ਹੋ ਗਈਆਂ। ਇਸ ਤੋਂ ਬਾਅਦ ਵਾਚ ਫੇਸਿਸ ਲਾਣਾ ਕਿ ਫੋਟੋ ਲਾਣੀ ਆ ਆਪਣੀ, ਵਾਚ ਫੇਸ ਤੇ ਕਲਿੱਕ ਕਰੋ, ਵੀ ਵਾਚ ਤੇ ਵਾਲਪੇਪਰ ਲਾਣਾ, ਵਾਲਪੇਪਰ ਲਾਉਣਾ, ਵਾਲਪੇਪਰ। ਦੇਖੋ ਵੀ ਧਿਆਨ ਨਾਲ ਸੁਣ ਲਿਓ, ਕਿ ਨੇ ਵਾਲਪੇਪਰ ਲਾਉਣਾ ਵਾਚ ਤੇ, ਆ ਦੇਖੋ ਕਈਆਂ ਨੂੰ ਕੋਰੀਅਰ ਕਰਾਂਗੇ, ਉਹ ਬਾਰ-ਬਾਰ ਪੁੱਛਣਗੇ ਸਾਨੂੰ, ਇੱਕ ਗੱਲ ਹੋਰ ਪੁੱਛ ਰਹੇ ਨੇ ਉਹ ਵੀ ਇਹ ਐਂਡਰਾਇਡ ਫੋਨ ਤੇ ਆ ਐਪਲ ਦੇ, ਵੀਰੇ ਹਰ ਇੱਕ ਫੋਨ ਤੇ ਅਟੈਚ ਹੁੰਦੀ ਆ ਵਾਚ, ਹਰ ਐਂਡਰਾਇਡ ਨਾਲ ਹੈ, ਐਂਡਰਾਇਡ ਤੇ ਕਰ ਲਓ, ਐਪਲ ਤੇ ਕਰ ਲਓ, ਜਿਹੜੇ ਵਾਲੀ ਐਪਲ ਨਾਲ ਹੈ ਵੀਰੇ, ਇਹ ਵਾਲੀ। ਤੇ ਇਸ ਤੋਂ ਬਾਅਦ ਵਾਚ ਫੇਸਿਸ ਤੇ ਕਲਿੱਕ ਕੀਤਾ, ਵਾਲਪੇਪਰ ਦੱਸਣੇ ਆ ਵੀ ਵਾਲਪੇਪਰ ਕਿਵੇਂ ਲੱਗੂ, ਵਾਲਪੇਪਰ ਜਿੱਥੋਂ ਲੱਗੂ। ਇਸ ਤੋਂ ਬਾਅਦ ਜਿਹੜੇ ਇਹਦੇ ਆਪਣੇ ਨੇ ਜਿੰਨੇ ਵੀ ਨੇ 100+ ਵਾਲਪੇਪਰ ਨੇ, ਉਹ ਐਜ਼ ਇਟ ਇਜ਼ ਲੱਗ ਜਾਣਗੇ, ਜੇ ਉਹ ਨਹੀਂ ਲਾਣਾ ਆਪਣੀ ਫੋਟੋ ਲਾਣੀ ਹੈ, ਆ ਦੂਜੇ ਨੰਬਰ ਵਾਲੇ ਤੇ ਕਲਿੱਕ ਕਰ ਦੋ, ਕੈਮਰਾ ਜਿਹਾ ਬਣਿਆ ਹੋਇਆ, ਕੈਮਰਾ ਜਿਹਾ ਬਣਿਆ ਹੋਇਆ, ਉਹਦਾ ਟਾਈਮ ਥੱਲੇ ਆਉਂਦਾ, ਜੇ ਵਿੱਚ ਵਿਚਾਲੀ ਟਾਈਮ ਵਾਲਾ ਲਾਣਾ ਉਹ ਵੀ ਲੱਗ ਜੂ, ਸਾਈਡ ਤੇ ਵਾਲਾ ਲਾਣਾ ਉਹ ਵੀ ਲੱਗ ਜੂ, ਨਹੀਂ ਅੱਜ ਕੱਲ੍ਹ ਥੱਲੇ ਵਾਲਾ ਕਹਿੰਦੇ ਨੇ ਥੱਲੇ ਆਵੇ ਕਿ ਸਾਡੀ ਫੋਟੋ ਸਾਫ਼ ਦਿਖੇ, ਉਹਦੇ ਵਾਸਤੇ ਦੂਜੇ ਤੇ ਕਲਿੱਕ ਕੀਤਾ ਫੋਟੋ ਤੇ, ਇਹ ਤੇ ਕੈਮਰੇ ਵਾਲੇ ਤੇ ਕਲਿੱਕ ਕਰਕੇ ਇੱਥੇ ਆ ਗਈ ਐਲਬਮ ਕਿ ਤੁਹਾਡੀ ਗੈਲਰੀ ਦੇ ਵਿੱਚ ਫੋਟੋ ਪਈ ਹੈ। ਹੁਣ ਉਹ ਕਸਟਮਰ ਖੜਾ ਹੈ, ਉਹਦੀ ਬਾਈ ਦੀ ਸਿੱਧਾ ਹੀ ਫੋਟੋ ਲਵਾਉਣੀ ਆ, ਕਸਟਮਰ ਤੋਂ ਹੀ ਕਲਿੱਕ ਕਰਾਉਣੇ ਕਿ ਕਿਹੜੀ ਫੋਟੋ ਹੈ ਬਾਈ ਲਾਣੀ ਆ ਆਪਣੀ ਵਾਲਪੇਪਰ, ਕਸਟਮਰ ਲੈਣਾ ਜੀ। ਆਪਾਂ ਤੁਹਾਨੂੰ ਸਾਫ਼ ਵੀਡੀਓ ਬਣਾ ਕੇ ਦੱਸਦੀ ਵੀ ਕਿੱਦਾਂ ਅਟੈਚ ਹੁੰਦੀ ਹੈ, ਇਹਦੇ ਵਿੱਚ ਕੀ ਜ਼ਿਆਦਾ ਨੇ ਵੀ ਵਾਲਪੇਪਰ ਕਿੱਦਾਂ ਲੱਗਦਾ, ਕਈਆਂ ਨੂੰ ਕੋਰੀਅਰ 'ਚ ਕਰਾਂ ਭੇਜੀਆਂ ਨੇ ਅਸੀਂ, ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਅਟੈਚ ਕਿੱਦਾਂ ਕਰਨੀ, ਤੁਹਾਡੇ ਸਾਹਮਣੇ ਵੀਡੀਓ ਬਣਾ ਕੇ ਪੇਸ਼ ਕਰ ਰਹੇ ਹਾਂ, ਇਸ ਤੋਂ ਬਾਅਦ ਤੁਸੀਂ ਚੈੱਕ ਕਰ ਲਿਓ ਨਾ ਵਾਰ ਵਾਰ ਅਸੀਂ ਦੱਸਦੇ ਹਾਂ ਬਾਈ ਦੀ ਫੋਟੋ ਲਾ ਰਹੇ, ਇੱਥੋਂ ਕਰ ਤੱਕ ਕਲਿੱਕ, ਇਹ ਸਰਚ ਹੋ ਰਹੀ ਹੈ, ਇਸ ਤੋਂ ਬਾਅਦ ਇੱਕ ਵਾਰੀ ਫੇਰ ਕਲਿੱਕ ਕਰ ਦਿਓ। ਹੁਣ ਬਾਈ ਨੇ ਜਿਹੜੀ ਫੋਟੋ ਕੱਢੀ ਸੀ ਬਾਈ ਦੁਬਾਰਾ ਤੋਂ ਫੇਰ ਲਾਊਗਾ, ਇਹ 2 ਵਾਰੀ ਐਂਡਰੋਇਡ ਫੋਨ 'ਚ 2 ਵਾਰੀ 'ਚ ਲੱਗਦੀ, 2 ਤੋਂ 3 ਵਾਰੀ 'ਚ ਲੱਗਦੀ ਹੈ, ਜਿਹੜਾ ਐਪਲ ਦਾ ਫੋਨ ਆ ਉਹਦੇ ਵਿੱਚ 1 ਵਾਰੀ 'ਚ ਹੀ ਲੱਗ ਜਾਂਦੀ ਹੈ। ਬਾਕੀ ਵੀਡੀਓ 'ਚ ਦੇਖ ਲਿਓ ਵੀਰੇ, ਪੌਜ਼ ਆ, ਹੁਣ ਬਾਈ ਦੇ ਦੁਬਾਰਾ ਤੋਂ ਫੇਰ ਵਾਲਪੇਪਰ ਲਾਤਾ, ਹੁਣ ਇਸ ਤੋਂ ਬਾਅਦ 1 ਵਾਰੀ ਸਮਾਰਟ ਅਪਗ੍ਰੇਡ ਕਰਨਾ, ਇਹ ਅਪਗ੍ਰੇਡ ਹੋ ਜੂ, ਇਸ ਤੋਂ ਬਾਅਦ ਦੂਜੀ ਵਾਰੀ 'ਚ ਜਾ ਕੇ ਲੱਗਦਾ, ਅਪਗ੍ਰੇਡ ਹੋਣ ਲੱਗ ਗਈ।
ਡਬਲ ਸਲੈਸ਼ ਕਰਕੇ ਕਹਿੰਦੇ ਡਬਲ ਕਲਿੱਕ ਕਰਕੇ ਡਬਲ ਵਾਰ ਕਰਕੇ ਲੱਗਦੀ ਦੋ ਵਾਰੀ ਚ ਲੱਗਦੀ ਆ ਜਿਵੇਂ ਹੁਣ ਇੱਕ ਵਾਰੀ ਪਹਿਲਾਂ ਕੱਲਾ ਸਿੰਪਲ ਵਾਲਪੇਪਰ ਲੱਗੂਗਾ ਜਿਵੇਂ ਹੁਣ ਤੁਸੀਂ ਚੈੱਕ ਕਰਦੇ ਹੋ ਇਹ ਸਿੰਪਲ ਲੱਗ ਗਿਆ ਜਿਵੇਂ ਐਜ਼ ਇਟ ਇਜ਼ ਜਿਵੇਂ ਆਹ ਹੈ ਉਵੇਂ ਲੱਗ ਗਿਆ ਹੁਣ ਦੂਜੀ ਵਾਰੀ ਇਹਨੂੰ ਫਿਰ ਬੈਕ ਕਰਨਾ ਇਸ ਤੋਂ ਬਾਅਦ ਜਾਣਾ ਥੱਲੇ ਨੋਟੀਫਿਕੇਸ਼ਨ ਇਹਦੇ ਵਿੱਚ ਫਾਇਰ ਵੇਅਰ ਵਰਜ਼ਨ ਅਪਡੇਟ ਕਰਨੀ ਪਊਗੀ ਇਹ 'ਤੇ ਇੱਕ ਵਾਰੀ ਫੇਰ ਕਲਿੱਕ ਕਰੋ ਇਹਦੇ 'ਚ ਆ ਗਿਆ ਸਮਾਰਟ ਸਟਾਰਟ ਅਪਗ੍ਰੇਡ ਵੀਰੇ ਧਿਆਨ ਨਾਲ ਦੇਖੀ ਚੱਲੋ ਹੁਣ ਸਾਰੀ ਵੀਡੀਓ 'ਚ ਪ੍ਰੋਪਰ ਦੱਸਦਾ ਕਿਵੇਂ ਅਟੈਚ ਹੁੰਦੀ ਹੈ ਇਕੱਲੀ ਇਕੱਲੀ ਚੀਜ਼ ਨੂੰ ਦੱਸ ਦਿੰਦਾ ਕਈ ਵਾਰ ਨਹੀਂ ਪਤਾ ਲੱਗਦਾ ਇਹ ਅਪਗ੍ਰੇਡ ਹੋਣ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਉਹ ਕਰਕੇ ਉਸ ਤੋਂ ਬਾਅਦ ਅਪਗ੍ਰੇਡ ਲਾਣੀ ਹੈ ਆ ਦੇਖੋ ਆਲਵੇਜ਼ ਆਨ ਵਾਲਾ ਸੈਂਸਰ ਆਨ ਹੀ ਰਹਿੰਦਾ ਇਹਦਾ ਐਪਲ ਦੇ ਵਿੱਚ ਨਾਲ ਦੀ ਨਾਲ ਆ ਜਾਂਦਾ ਅਪਡੇਟ ਇਹਦੇ ਵਿੱਚ ਤੁਹਾਨੂੰ ਦੱਸਿਆ ਅੰਦਰ ਫਿਰਮਵੇਅਰ 'ਚ ਜਾ ਕੇ ਅੰਦਰੋਂ ਅਪਡੇਟ ਕਰਨੀ ਪਊ ਐਂਡਰੋਇਡ 'ਚ ਦੂਜੀ ਤੋਂ ਤੀਜੀ ਵਾਰੀ 'ਚ ਜਾ ਕੇ ਫੋਟੋ ਲੱਗੂ ਜਿਹੜਾ ਐਪਲ ਦਾ ਫੋਨ ਆ ਉਹਦੇ 'ਚ ਪਹਿਲੀ ਵਾਰੀ 'ਚ ਲੱਗ ਜੂ ਜੀ ਹੁਣ ਅਪਡੇਟ ਹੋ ਗਿਆ ਸਕਸੈਸਫੁਲੀ ਓਕੇ ਕਰ ਦਿਓ ਇਸ ਤੋਂ ਬਾਅਦ ਇਹ ਤੁਹਾਡਾ ਸਿੰਕ ਹੋ ਰਹੀ ਹੈ ਇੱਕ ਸਿੰਕ ਹੋ ਗਈ ਤੁਹਾਡੀ ਸਿੰਕ ਤੋਂ ਵਾਚ ਫੇਸ 'ਤੇ ਕਲਿੱਕ ਕਰੋ ਆ ਦੇਖੋ ਦੁਬਾਰਾ ਤੋਂ ਆਪਣਾ ਆਟੋਮੈਟਿਕਲੀ ਸਿੰਕ ਆਉਂਦੀ ਉਸ ਤੋਂ ਪਹਿਲਾਂ ਕੁਛ ਨਹੀਂ ਕਰਨਾ ਸਿੰਕ ਹੋ ਗਈ ਉਸ ਤੋਂ ਵਾਚ ਫੇਸ 'ਤੇ ਕਲਿੱਕ ਕਰੋ ਦੂਜੇ ਨੰਬਰ 'ਤੇ ਫੋਟੋ ਹੈ ਇਸ ਵਾਸਤੇ ਸਟਾਰਟ ਅਪਗ੍ਰੇਡ 'ਤੇ ਇੱਕ ਵਾਰੀ ਕਰਕੇ ਵੀਰੇ ਕੋਈ ਈਜ਼ੀ ਟ੍ਰਿਕ ਨਹੀਂ ਹੈਗਾ ਬਹੁਤ ਔਖਾ ਤਰੀਕਾ ਤਾਂ ਹੀ ਅਸੀਂ ਵੀਡੀਓ ਬਣਾਈ ਹੈ ਸਪੈਸ਼ਲ ਧਿਆਨ ਨਾਲ ਦੇਖ ਲਿਓ ਵੀਡੀਓ ਨੂੰ ਸਾਨੂੰ ਦੱਸਣਾ ਫੋਨ 'ਤੇ ਬਹੁਤ ਔਖਾ ਐਲਬਮ ਅਭੀਰੇ ਲਾਈਓ ਫੋਟੋ ਬਿਲ ਵਿੱਚ ਅਪਗ੍ਰੇਡ ਜੀਰੋ 'ਤੇ ਖੜੀ ਹੈ ਇਹ ਹੁਣ ਹੀ ਲਾਈ ਹੈ ਇਹ ਅਪਗ੍ਰੇਡ ਹੋ ਰਹੀ ਹੈ ਜੀ ਕੋਈ ਚੱਕਰ ਨਹੀਂ ਅਪਗ੍ਰੇਡ ਹੋ ਲੈਂਦੇ ਫਿਰ ਅੱਗੇ ਤੁਹਾਨੂੰ ਦੱਸ ਦਿਓ 100 ਹੋ ਗਈ ਦੇਖੋ ਅਪਗ੍ਰੇਡ ਅਪਗ੍ਰੇਡ ਹੋ ਰਹੀ ਹੈ ਅਜੇ ਹੁਣ ਆਨ ਹੋਈ ਹੈ ਪਲੀਜ਼ ਕਨੈਕਟ ਇਹ ਬਾਈ ਦਾ ਨੈਟਵਰਕ ਸਲੋ ਹੈ ਉਹਦੇ ਕਰਕੇ ਹੈ ਇਹਦੇ ਲਈ ਨੈੱਟ ਦੀ ਲੋੜ ਪੈਂਦੀ ਹੈ ਵੀਅਰ ਪ੍ਰੋ 'ਤੇ ਕਲਿੱਕ ਕੀਤਾ ਫੋਟੋ 'ਤੇ ਕਲਿੱਕ ਕੀਤਾ ਕੈਮਰਾ ਹੁਣ ਕੈਮਰਾ ਖੋਲ੍ਹ ਕੇ ਆ ਬਾਈ ਦੀ ਹੁਣ ਫੋਟੋ ਖਿੱਚ ਰਹੇ ਹਾਂ ਇਹ ਫੋਟੋ ਖਿੱਚਤੀ ਜੀ ਫੋਟੋ 'ਤੇ ਕੀਤਾ ਓਕੇ ਡਨ ਲਓ ਜੀ ਵਾਲਪੇਪਰ ਲੱਗ ਜਾਣਾ ਵਾਲ ਦੇ ਉੱਪਰ ਪ੍ਰੋਪਰ ਫਾਸਟ ਹੈ ਨਾ ਇਹ ਬਹੁਤ ਜ਼ਿਆਦਾ ਫਾਸਟ ਇਹ ਹੋ ਗਿਆ ਇਸ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਆਵਾਜ਼ ਦਾ ਫਾਈਨਲੀ ਵਾਲਪੇਪਰ ਲੱਗ ਚੁੱਕਿਆ ਇੰਤਜ਼ਾਰ ਦੀ ਘੜੀ ਖਤਮ ਦੇਖੋ ਕੋਈ ਦੱਸ ਨਹੀਂ ਸਕਦਾ ਵੀ ਇਹ ਕਾਪੀ ਵਾਚ ਦੇਖੋ ਇਸ ਤੋਂ ਬਾਅਦ ਫਿਰ ਦਿਖਾ ਦਿਓ ਇਸ ਤੋਂ ਬਾਅਦ ਬਈ ਕਈ ਵਾਰੀ ਵੀਰਾਂ ਦੇ ਉਹ ਨੇ ਕਿ ਕਾਲਿੰਗ ਜੇ ਤੁਸੀਂ ਦੇਖੋ ਇਕੱਲੀ ਬਲੂਟੁੱਥ ਨਾਲ ਇਕੱਲੀ ਵੀਅਰ ਪ੍ਰੋ ਨਾਲ ਡਾਊਨਲੋਡ ਕਰਨਾ ਵੀਅਰ ਪ੍ਰੋ ਐਪ ਨਾਲ ਵੀਅਰ ਪ੍ਰੋ ਐਪ ਨਾਲ ਜੇ ਤੁਸੀਂ ਡਾਊਨਲੋਡ ਕਰੋਗੇ ਉਹਦੇ ਵਿੱਚ ਜੇ ਤੁਹਾਨੂੰ ਕਾਲਿੰਗ ਵਾਲਾ ਫੀਚਰ ਨਹੀਂ ਲਾਣਾ ਫਿਰ ਜਿਹਦੀ ਵੀ ਨੋਟ ਫੋਨ ਆਊਗਾ ਇਹਦੇ ਵਿੱਚ ਤੁਹਾਨੂੰ ਮੈਸੇਜ ਦਾ ਪਤਾ ਲੱਗੂ ਕਿ ਵੀਰੇ ਆਹ ਬੰਦੇ ਦਾ ਫੋਨ ਆ ਰਿਹਾ ਜੇ ਤੁਹਾਨੂੰ ਕਾਲਿੰਗ ਚੱਕਣੀ ਹੈ ਕਿ ਵੀਰੇ ਕਾਲ ਆਵੇ ਇੱਥੋਂ ਕਰੀ ਵੀ ਜਾਵੇ ਫਿਰ ਸਿਰਫ ਇਹਦੇ ਵਿੱਚ 10 ਨੰਬਰ ਸੇਵ ਹੋਣਗੇ ਅਤੇ ਜਿਹਦਾ ਵੀ ਰਿੰਗ ਆਊਗਾ
ਉਹਦਾ ਇਕੱਲਾ ਨੰਬਰ ਸ਼ੋ ਹੋਊਗਾ, ਕਾਲਿੰਗ ਨਹੀਂ। ਜੇ ਆਪਾਂ ਬਲੂਟੁੱਥ ਚੋਂ ਕਾਲਿੰਗ, ਕਈ ਕਸਟਮਰ ਕਹਿ ਦਿੰਦੇ ਕਾਲਿੰਗ ਵੀ ਚਾਹੀਦੀ ਹੈ, ਤੁਸੀਂ ਚੈੱਕ ਕਰ ਸਕਦੇ ਹੋ। ਆਹ ਦੇਖੋ ਜੀ, ਆਹ ਵੀਰੇ ਦਿਖਾਓ ਅੱਗੇ ਆ ਕੇ ਜੀ। ਆਹ ਦੇਖੋ, ਜੇ ਕਿਸੇ ਵੀਰ ਭਾਈ ਕਹਿੰਦਾ ਕਾਲਿੰਗ ਵੀ ਚਾਹੀਦੀ ਹੈ, ਇੱਧਰੋਂ ਖੋਲੀ ਸੈਟਿੰਗ ਫੋਨ ਦੀ, ਸੈਟਿੰਗ ਖੋਲੀ, ਇਹਦੇ ਵਿੱਚ ਖੋਲਿਆ ਕਨੈਕਸ਼ਨ, ਇਹਦੇ ਵਿੱਚ ਖੋਲਿਆ ਬਲੂਟੁੱਥ। ਬਲੂਟੁੱਥ ਖੋਲ ਕੇ ਇੱਧਰੋਂ ਘੜੀ ਕੀਤੀ ਔਨ ਵੀਰੇ ਸਾਈਡ 'ਤੇ, ਇੱਧਰੋਂ ਐਂ ਕਲਿੱਕ ਕਰਕੇ ਇੱਥੇ ਕੀਤਾ ਬਲੂਟੁੱਥ ਕਾਲ, ਇੱਥੇ ਆ ਰਹੀ ਹੈ ਓਪਨ ਦੀ ਆਪਸ਼ਨ, ਇਹਨੂੰ ਕਰ ਦਿਉ ਓਪਨ। ਇੱਥੇ ਓਪਨ ਕਰਤਾ, ਇੱਧਰ ਆ ਗਿਆ ਵਾਚ ਆਡੀਓ 6616, ਇਹਦੇ ਵਿੱਚ ਤੁਹਾਡਾ ਆ ਜਾਏਗੀ। ਹੁਣ ਤੁਹਾਨੂੰ ਇੱਥੇ ਸ਼ੋਅ ਕਰੇਗੀ ਵਾਚ ਆਡੀਓ 6616 'ਤੇ ਕਲਿੱਕ ਕਰਤਾ, ਇੱਥੇ ਕਰ ਦਿਉ ਓਕੇ। ਜੇ ਹੁਣ ਕਿਸੇ ਕਾਲ ਲਾਣੀ ਹੈ, ਇੱਥੋਂ ਹੀ ਕਾਲ ਲੱਗ ਜੂ। ਕਾਲ ਵਾਲਾ ਫੀਚਰ ਵੀਰੇ, ਇੱਥੋਂ ਦੀ ਸਵਾਈਪ ਅਪ ਥੱਲੇ ਕਰਕੇ ਕਾਲ, ਇੱਥੇ ਰਿੰਗ ਕਰ ਲਓ ਜਿਹਨੂੰ ਰਿੰਗ ਕਰਨੀ, ਇੱਥੋਂ ਕਰਤੇ ਰਿੰਗ, ਇਹ ਗਈ ਰਿੰਗ ਵੀਰੇ, ਤੁਸੀਂ ਚੈੱਕ ਕਰ ਸਕਦੇ ਹੋ। ਇਹ ਆ ਗਈ ਵੀਰੇ, ਤੁਸੀਂ ਚੈੱਕ ਕਰ ਸਕਦੇ ਹੋ, ਇੱਧਰ ਬਾਈ ਦੀ ਰਿੰਗ ਇੱਧਰ ਆ ਗਈ, ਚੈੱਕ ਕਰੋ ਤੁਸੀਂ, ਆਹ ਆ ਗਈ ਇੱਥੋਂ ਕੱਟਤੀ। ਹੁਣ ਇੱਧਰੋਂ ਹੀ ਬਾਈ ਦੀ ਕਾਲ ਲਾਣੀ ਹੈ, ਇੱਥੋਂ ਕਲਿੱਕ ਕੀਤਾ, ਪਹਿਲ 'ਤੇ ਕਲਿੱਕ ਕਰਤਾ ਵੀਰੇ। ਹੁਣ ਇੱਧਰ ਆ ਦੇਖੋ, ਰਿੰਗ ਆ ਗਈ, ਰਿੰਗ ਆ ਗਈ, ਇੱਥੋਂ ਹੀ ਚੱਕਿਆ ਜਾਓ, ਇੱਥੋਂ ਹੀ ਕੱਟਿਆ ਜਾਓ। ਜਿਵੇਂ ਚੱਕ ਲਿਆ, ਪ੍ਰੋਪਰ ਆਵਾਜ਼ ਆਊਗੀ, ਸਾਊਂਡ ਕੁਆਲਿਟੀ ਫੁੱਲ ਹੈ, ਤੁਸੀਂ ਚੈੱਕ ਕਰ ਸਕਦੇ ਹੋ। ਆਹ ਦੇਖੋ, ਹੈਲੋ ਹੈਲੋ, ਠੀਕ ਹੈ ਵੀਰੇ ਆਵਾਜ਼, 1 2 3 ਕਾਲਿੰਗ ਓਕੇ ਪ੍ਰੋਪਰ ਹੈ। ਇਸ ਤੋਂ ਹੀ ਤੁਸੀਂ ਕੱਟ ਸਕਦੇ ਹੋ, ਜੇ ਕਸਟਮਰ ਦਾ ਨਹੀਂ ਚੱਕ, ਕਿਸੇ ਦਾ ਵੀ ਫੋਨ ਆ ਰਿਹਾ ਨਹੀਂ ਚੱਕਣਾ, ਇੱਥੋਂ ਹੀ ਤੁਸੀਂ ਕੱਟ ਸਕਦੇ ਹੋ, ਕੱਟਿਆ ਓਕੇ ਓਕੇ ਵੀਰੇ, ਡਨ। ਜੇ ਕਿਸੇ ਵੀਰ ਭਾਈ ਨੂੰ ਤਾਂ ਵੀ ਨਾ ਸਮਝ ਆਵੇ, ਤੁਸੀਂ ਸਾਡੀ ਵੀਡੀਓ ਫੇਸਬੁੱਕ 'ਤੇ ਯੂਟਿਊਬ 'ਤੇ ਚੈੱਕ ਕਰ ਸਕਦੇ ਹੋ, ਸਾਰੀ ਮੈਸੇਜ ਕਰਕੇ ਦੱਸ, ਮੈਸੇਜ ਕਰਕੇ ਤੁਹਾਨੂੰ ਓਕੇ ਧੰਨਵਾਦ। ਵੀਰ ਪ੍ਰੋ 'ਤੇ ਕਲਿੱਕ ਕੀਤਾ, ਫੋਟੋ 'ਤੇ ਕਲਿੱਕ ਕੀਤਾ, ਕੈਮਰਾ, ਹੁਣ ਕੈਮਰਾ ਖੋਲ੍ਹ ਕੇ ਆ ਬਾਈ ਦੀ, ਹੁਣ ਫੋਟੋ ਖਿੱਚ ਰਹੇ ਹਾਂ, ਇਹ ਫੋਟੋ ਖਿੱਚਤੀ ਜੀ, ਫੋਟੋ 'ਤੇ ਕੀਤਾ ਓਕੇ ਡਨ। ਲਓ ਜੀ, ਵਾਲਪੇਪਰ ਲੱਗ ਜਾਣਾ ਵਾਲ ਦੇ ਉੱਪਰ ਪ੍ਰੋਪਰ, ਫਾਸਟ ਹੈ ਨਾ ਇਹ, ਬਹੁਤ ਜ਼ਿਆਦਾ ਫਾਸਟ ਇਹ ਹੋ ਗਿਆ। ਇਸ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ। ਲਓ ਜੀ ਆਵਾਜ਼ ਦਾ ਫਾਈਨਲੀ ਵਾਲਪੇਪਰ ਲੱਗ ਚੁੱਕਿਆ, ਇੰਤਜ਼ਾਰ ਦੀ ਘੜੀ ਖਤਮ। ਦੇਖੋ, ਕੋਈ ਦੱਸ ਨਹੀਂ ਸਕਦਾ ਵੀ ਇਹ ਕਾਪੀ ਵਾਚ, ਦੇਖੋ ਇਸ ਤੋਂ ਬਾਅਦ ਫਿਰ ਦਿਖਾ ਦਿਓ। ਇਸ ਤੋਂ ਬਾਅਦ ਬਈ ਕਈ ਵਾਰੀ ਵੀਰਾਂ ਦੇ ਉਹ ਨੇ ਕਿ ਕਾਲਿੰਗ, ਜੇ ਤੁਸੀਂ ਦੇਖੋ ਇਕੱਲੀ ਬਲੂਟੁੱਥ ਨਾਲ, ਇਕੱਲੀ ਵੀਅਰ ਪ੍ਰੋ ਨਾਲ ਡਾਊਨਲੋਡ ਕਰਨਾ, ਵੀਅਰ ਪ੍ਰੋ ਐਪ ਨਾਲ, ਵੀਅਰ ਪ੍ਰੋ ਐਪ ਨਾਲ ਜੇ ਤੁਸੀਂ ਡਾਊਨਲੋਡ ਕਰੋਗੇ, ਉਹਦੇ ਵਿੱਚ ਜੇ ਤੁਹਾਨੂੰ ਕਾਲਿੰਗ ਵਾਲਾ ਫੀਚਰ ਨਹੀਂ ਲਾਣਾ, ਫਿਰ ਜਿਹਦੀ ਵੀ ਨੋਟ ਫੋਨ ਆਊਗਾ, ਇਹਦੇ ਵਿੱਚ ਤੁਹਾਨੂੰ ਮੈਸੇਜ ਦਾ ਪਤਾ ਲੱਗੂ ਕਿ ਵੀਰੇ ਆਹ ਬੰਦੇ ਦਾ ਫੋਨ ਆ ਰਿਹਾ। ਜੇ ਤੁਹਾਨੂੰ ਕਾਲਿੰਗ ਚੱਕਣੀ ਹੈ ਕਿ ਵੀਰੇ ਕਾਲ ਆਵੇ ਇੱਥੋਂ ਕਰੀ ਵੀ ਜਾਵੇ, ਫਿਰ ਸਿਰਫ ਇਹਦੇ ਵਿੱਚ 10 ਨੰਬਰ ਸੇਵ ਹੋਣਗੇ, ਅਤੇ ਜਿਹਦਾ ਵੀ ਰਿੰਗ ਆਊਗਾ ਉਹਦਾ ਇਕੱਲਾ ਨੰਬਰ ਸ਼ੋ ਹੋਊਗਾ, ਕਾਲਿੰਗ ਨਹੀਂ। ਜੇ ਆਪਾਂ ਬਲੂਟੁੱਥ 'ਚੋਂ ਕਾਲਿੰਗ, ਕਈ ਕਸਟਮਰ ਕਹਿ ਦਿੰਦੇ ਕਾਲਿੰਗ ਵੀ ਚਾਹੀਦੀ ਹੈ, ਤੁਸੀਂ ਚੈੱਕ ਕਰ ਸਕਦੇ ਹੋ। ਆਹ ਦੇਖੋ ਜੀ, ਆਹ ਵੀਰੇ ਦਿਖਾਓ ਅੱਗੇ ਆ ਕੇ ਜੀ। ਆਹ ਦੇਖੋ, ਜੇ ਕਿਸੇ ਵੀਰ ਭਾਈ ਕਹਿੰਦਾ ਕਾਲਿੰਗ ਵੀ ਚਾਹੀਦੀ ਹੈ, ਇੱਧਰੋਂ ਖੋਲ੍ਹੀ ਸੈਟਿੰਗ ਫੋਨ ਦੀ, ਸੈਟਿੰਗ ਖੋਲ੍ਹੀ, ਇਹਦੇ ਵਿੱਚ ਖੋਲ੍ਹਿਆ ਕਨੈਕਸ਼ਨ, ਇਹਦੇ ਵਿੱਚ ਖੋਲ੍ਹਿਆ ਬਲੂਟੁੱਥ। ਬਲੂਟੁੱਥ ਖੋਲ੍ਹ ਕੇ ਇੱਧਰੋਂ ਘੜੀ ਕੀਤੀ ਔਨ ਵੀਰੇ ਸਾਈਡ 'ਤੇ, ਇੱਧਰੋਂ ਐਂ ਕਲਿੱਕ ਕਰਕੇ ਇੱਥੇ ਕੀਤਾ ਬਲੂਟੁੱਥ ਕਾਲ, ਇੱਥੇ ਆ ਰਹੀ ਹੈ ਓਪਨ ਦੀ ਆਪਸ਼ਨ, ਇਹਨੂੰ ਕਰ ਦਿਉ ਓਪਨ। ਇੱਥੇ ਓਪਨ ਕਰਤਾ, ਇੱਧਰ ਆ ਗਿਆ ਵਾਚ ਆਡੀਓ 6616, ਇਹਦੇ ਵਿੱਚ ਤੁਹਾਡਾ ਆ ਜਾਏਗੀ, ਹੁਣ ਤੁਹਾਨੂੰ ਇੱਥੇ ਸ਼ੋਅ ਕਰੇਗੀ ਵਾਚ ਆਡੀਓ 6616 'ਤੇ ਕਲਿੱਕ ਕਰਤਾ, ਇੱਥੇ ਕਰ ਦਿਉ ਓਕੇ। ਜੇ ਹੁਣ ਕਿਸੇ ਕਾਲ ਲਾਣੀ ਹੈ, ਇੱਥੋਂ ਹੀ ਕਾਲ ਲੱਗ ਜੂ। ਕਾਲ ਵਾਲਾ ਫੀਚਰ ਵੀਰੇ, ਇੱਥੋਂ ਦੀ ਸਵਾਈਪ ਅਪ ਥੱਲੇ ਕਰਕੇ ਕਾਲ, ਇੱਥੇ ਰਿੰਗ ਕਰ ਲਓ ਜਿਹਨੂੰ ਰਿੰਗ ਕਰਨੀ, ਇੱਥੋਂ ਕਰਤੇ ਰਿੰਗ, ਇਹ ਗਈ ਰਿੰਗ ਵੀਰੇ, ਤੁਸੀਂ ਚੈੱਕ ਕਰ ਸਕਦੇ ਹੋ। ਇਹ ਆ ਗਈ ਵੀਰੇ, ਤੁਸੀਂ ਚੈੱਕ ਕਰ ਸਕਦੇ ਹੋ, ਇੱਧਰ ਬਾਈ ਦੀ ਰਿੰਗ ਇੱਧਰ ਆ ਗਈ, ਚੈੱਕ ਕਰੋ ਤੁਸੀਂ, ਆਹ ਆ ਗਈ ਇੱਥੋਂ ਕੱਟਤੀ। ਹੁਣ ਇੱਧਰੋਂ ਹੀ ਬਾਈ ਦੀ ਕਾਲ ਲਾਣੀ ਹੈ, ਇੱਥੋਂ ਕਲਿੱਕ ਕੀਤਾ, ਪਹਿਲ 'ਤੇ ਕਲਿੱਕ ਕਰਤਾ ਵੀਰੇ। ਹੁਣ ਇੱਧਰ ਆ ਦੇਖੋ, ਰਿੰਗ ਆ ਗਈ,
रिंग आ गई इतों ही चक्या जाओ इतों ही कट्टे जाओ जिम्मे चक लिया प्रोपर आवाज आऊगी साउंड क्वालिटी फुल है तुम चैक कर सकते हो हैलो हैलो ठीक है मेरे आवाज 1 2 3 कॉलिंग ओके प्रोपर है इस तुम ही कट सकते हो जे कस्टमर का नहीं चक किसी का भी फोन आ रहा नहीं चकना इतों ही तुम कट सकते कट्टे ओके ओके वीरे डन जे किसी वीर भाई ता भी ना समझ आए तुम साड़ी वीडियो फेसबुक से यूट्यूब से चैक कर सकते हो सारी मैसेज करके मैसेज करके ओके धन्यवाद।